جوت جوس بمسها جوت جوس بمسها وعدك فرادك نانك حرب غير غير شاد سكل جنگار شاد سكل جنگار شاد سكل جنگار نمانيو كيمان Oh,
Thank you.
يا طول الباب يا
ਪਰਮ ਸਨਮਾਨ ਜੋ ਸਤਿਗੁਰਾਂ ਦੇ ਪਾਵਨ ਅਤੇ ਪਵਿੱਤਰ ਮੁਬਾਰਕ ਚਰਨਾਂ ਦੇ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ ਪੱਖਾ ਬੰਦ ਕਰ ਦਿਓ ਮੇਰਾ ਜੀ ਅੱਜ ਆਪਾਂ ਸਾਰੇ ਜਣੇ ਲੰਬੜਦਾਰ ਪਿਆਰਾ ਸਿੰਘ ਜੋ ਆਪਣੀ ਆਰਜ਼ੂ ਨੂੰ ਕੁਰਬਦੇ ਹੋਏ ਪਿਛਲੇ ਸਮੇਂ ਦੇ ਵਿੱਚ ਸਦੀਰੀ ਵਿਛੋੜਾ ਪਰਿਵਾਰ ਨੂੰ ਦੇ ਗਏ ਸਨ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸਮੂਹ ਪਰਿਵਾਰ ਇਕੱਤਰ ਹੋ ਕਰਕੇ ਸਤਿਗੁਰਾਂ ਦੀ ਬਾਣੀ ਗੁਰੂ ਸ਼ਬਦ ਦੇ ਨਾਲ ਸਾਂਝ ਪਾਈ ਹੈ ਉਪਰੰਤ ਖੁੱਲਿਆ ਪੰਡਾਲਾਂ ਦੇ ਵਿੱਚ ਦੀਵਾਨ ਸਜਾਏ ਗਏ ਸਤਿਗੁਰੂ ਜੀ ਸਨਮੁੱਖ ਉਪਰੰਤ ਕੀਰਤਨ ਦੇ ਪ੍ਰਵਾਹ ਆਪ ਜੀ ਆਨੰਦ ਮਾਣ ਰਹੇ ਹੋ ਮੇਰਾ ਛੋਟਾ ਵੀਰ ਸੁਖਜੀਤ ਸਿੰਘ ਜਿਨ੍ਹਾਂ ਪਾਸੋਂ ਰਸ ਪਿੰਡਾਂ ਕੀਰਤਨ ਆਪ ਜੀ ਉਹਨੇ ਸਰਵਣ ਕੀਤਾ ਹੈ ਆਓ ਕੁਝ ਕੁ ਮਿੰਟ ਬਹੁਤਾ ਲੰਮਾ ਸਮਾਂ ਨਹੀਂ ਕਿਉਂਕਿ ਸਾਡੇ ਕੋਲੇ ਸਮਾਂ ਵੀ ਆਪਣੇ ਕੋਲੇ ਉਹਨਾਂ ਕੀ ਹੁੰਦਾ ਕੁਝ ਕੁ ਮਿੰਟ ਦੀਆਂ ਗੱਲਾਂ ਨੇ ਆਓ ਹੋਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਈਏ ਮੈਨੂੰ ਵਾਰ ਵਾਰ ਜਿਹੜੀ ਬੇਨਤੀ ਹੈ ਉਹ ਨਾ ਕਰਨੀ ਪਵੇ ਕਿਉਂਕਿ ਸਮਾਂ ਬੜਾ ਸੀਮਤ ਹੁੰਦਾ ਆਪਣੇ ਸਾਰਿਆਂ ਦੇ ਕੋਲ ਸਤਿਕਾਰਯੋਗ ਮੇਰੀਆਂ ਭੈਣਾਂ ਤੇ ਮਾਤਾਵਾਂ ਮੇਰੇ ਬਜ਼ੁਰਗ ਵੀਰ ਛੋਟੇ ਬੱਚੇ ਤੇ ਛੋਟੀਆਂ ਬੱਚੀਆਂ ਆਪਾਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਸਾਡੇ ਬਜ਼ੁਰਗਾਂ ਨੇ ਕੋਈ ਨਾ ਕੋਈ ਇਹ ਚੀਜ਼ਾਂ ਦਾ ਬਹਾਨਾ ਬਣਾਇਆ ਸੀ ਕਿ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਤੇ ਸਤ ਸੰਗਤ ਕਰਨੀ ਗੁਰੂ ਸਾਹਿਬ ਦੀ ਬਾਣੀ ਅੰਦਰ ਵੀ ਸਾਨੂੰ ਲਿਖਤੀ ਰੂਪ ਵਿੱਚ ਦੇ ਗਏ ਨੇ ਕਿ ਜਦੋਂ ਸੰਸਾਰ ਤੋਂ ਚਲਿਆ ਜਾਣਾ ਤੇ ਮਗਰੋਂ
ਕੇਸੋ ਗੋਪਾਲ ਪੰਡਤ ਸਜਿਓ ਹਰ ਹਰ ਤਖਾ ਪੜੇ ਬਾਅਦ ਵਿੱਚ ਭਾਈ ਇਹ ਜਿਹੜੇ ਮਹਾਨ ਗਿਆਨੀ ਜਿਹੜੇ ਗੁਰਮਤਿ ਵਿਚਾਰਾਂ ਸੁਣਾ ਸਕਦੇ ਹੋਣ ਉਹਨਾਂ ਨੂੰ ਸੱਦ ਕੇ ਹਰੀ ਪਰਮੇਸ਼ਰ ਦੀ ਵਡਿਆਈ ਕਰਨੀ। ਆਓ ਆਪਾਂ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਈਏ। ਸਰਬੱਤ ਮਾਈ ਭਾਈ ਭੈਣਾਂ ਬੱਚੇ ਵੀਰ ਆਪਣੀ ਰਸਨਾ ਨੂੰ ਪਵਿੱਤਰ ਕਰਿਓ, ਪਾਤਸ਼ਾਹ ਦੇ ਚਰਨਾਂ ਅੰਦਰ ਸੀਸ ਝੁਕਾਓ, ਹਾਜ਼ਰੀ ਲਵਾਓ, ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ, ਪਰਿਵਾਰ ਨੇ ਬੜਾ ਸੋਹਣਾ ਜਿਹੜਾ ਪ੍ਰਬੰਧ ਕੀਤਾ, ਸੁਚੱਜਾ ਪ੍ਰਬੰਧ ਕੀਤਾ, ਕਿਉਂਕਿ ਪਾਠ ਅੰਦਰ ਚੱਲ ਰਹੇ ਸੀਗੇ, ਗੁਰਬਾਣੀ ਦੇ ਪ੍ਰਵਾਹ ਚੱਲੇ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ, ਗ੍ਰੰਥੀ ਸਿੰਘ ਨੇ ਭੋਗ ਪਾਏ, ਨੌਵੇਂ ਪਾਤਸ਼ਾਹ ਮਹਾਰਾਜ ਦੇ ਸਲੋਕ ਪੜ੍ਹ ਰਹੇ ਸੀਗੇ। ਉੱਥੇ ਵੀ ਕੀਰਤਨ ਵੀ ਹੋ ਸਕਦਾ ਸੀ, ਸੰਗਤ ਆਸੇ ਪਾਸੇ ਬੈਠ ਸਕਦੀ ਸੀ, ਪਰ ਪਰਿਵਾਰ ਨੇ ਸੋਹਣਾ ਪ੍ਰਬੰਧ ਕੀਤਾ ਕਿ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ। ਔਰ ਦੂਜੀ ਗੱਲ ਕਿ ਜਿਹੜੀਆਂ ਗੁਰਮਤਿ ਵਿਚਾਰਾਂ ਹੁੰਦੀਆਂ ਇੱਕ ਦੂਜੇ ਦੇ ਨਾਲ ਆਹਮੋ ਸਾਹਮਣੇ ਬਹਿ ਕੇ ਸਨਮੁੱਖ ਹੋ ਕੇ ਆਪਾਂ ਵਿਚਾਰਾਂ ਕਰ ਸਕੀਏ। ਸੋ ਸ਼ਾਂਤੀ ਬਣਾਈ ਰੱਖਿਓ, ਕਿਸੇ ਵੀ ਤਰ੍ਹਾਂ ਦੀ ਆਵਾਜ਼ ਨਾ ਆਵੇ। ਸਾਊਂਡ ਵੀ ਬਹੁਤ ਵਧੀਆ ਮੇਰੇ ਵੀਰ ਨੇ ਲਗਾਈ ਹੈ ਕਿ ਮਗਰ ਤੱਕ ਜਿਹੜੀ ਆਵਾਜ਼ ਆ ਉਹ ਸੁਣਾਈ ਦੇਵੇ। ਸੋ ਮੈਂ ਭੈਣਾਂ ਨੂੰ ਬੇਨਤੀ ਕਰਦੇ ਹਾਂ, ਕਿਉਂਕਿ ਵਾਰ ਵਾਰ ਭੈਣਾਂ ਨੂੰ ਬੇਨਤੀ ਕਰਨੀ ਪੈਂਦੀ ਹੁੰਦੀ ਆ ਕਿ ਭੈਣੋ, ਕਿਉਂਕਿ ਪ੍ਰਚਾਰਕ ਗੱਲ ਨੂੰ ਤਾਂ ਹੀ ਸੁਣਾ ਸਕਦਾ, ਸ਼ਬਦ ਨੂੰ ਤਾਂ ਹੀ ਖੋਲ ਸਕਦਾ, ਕਿਉਂਕਿ ਮੈਂ ਇੱਥੇ ਬੈਠਾ ਤੇ ਮੈਨੂੰ ਸਾਰਿਆਂ ਦਾ ਪਤਾ ਲੱਗ ਰਿਹਾ ਕਿ ਕਿਹੜਾ ਕਿੰਨੇ ਕੁ ਧਿਆਨ ਦੇ ਨਾਲ ਸੁਣ ਰਿਹਾ, ਤੇ ਮੇਰੇ ਅੰਦਰੋਂ ਵੀ ਝਰਨਾ ਉਹ ਤਾਂ ਹੀ ਫੁੱਟਣਾ ਵਿਚਾਰਾਂ ਦਾ ਜੇ ਤੁਸੀਂ ਪਿਆਰ ਦੇ ਨਾਲ ਬਹਿ ਕੇ ਸੁਣੋਗੇ, ਤੇ ਜੇ ਤੁਸੀਂ ਮਗਰ ਬੈਠੇ ਗੱਲਾਂ ਕਰੀ ਗਏ, ਬਾਅਦ ਵਿੱਚ ਤੁਹਾਡੇ ਕੋਲ ਬਹੁਤ ਸਮਾਂ, ਤੁਸੀਂ 10 ਮਿੰਟ ਬੈਠ ਕੇ ਆਪਣਾ ਪਰਿਵਾਰਕ ਦੁੱਖ ਸੁੱਖ ਸਾਂਝਾ ਜੋ ਵੀ ਕਰਨਾ ਹੋਵੇ ਕਰ ਲਿਓ, ਪਰ ਹੁਣ ਆਪਾਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਤੇ ਗਿਣਤੀ ਮਿਣਤੀ ਦਾ ਸਮਾਂ ਹੁੰਦਾ ਹੈ ਜਿਹੜਾ ਹੁੰਦਾ, ਤੇ ਆਪਾਂ ਇੱਥੇ ਆਣ ਕੇ ਆਪਾਂ ਜਿਹੜੀਆਂ ਗੁਰੂ ਦੀਆਂ ਗੱਲਾਂ ਹੀ ਸੁਣਨੀਆਂ, ਇੱਥੇ ਆਪਣੀਆਂ ਗੱਲਾਂ ਨਾ ਸੁਣਾਇਓ ਮੇਰੀ ਉਹ ਭੈਣੋ, ਨਿਮਰਤਾ ਸਹਿਤ ਬੇਨਤੀ ਆ, ਕਿਉਂਕਿ ਆਪਾਂ ਇੱਥੇ ਸਾਹਮਣੇ ਬੈਠੇ ਹਾਂ ਤੇ ਸਾਰਾ ਪਤਾ ਲੱਗਦਾ ਕਿ ਕਿੰਨਾ ਕੁ ਮੈਨੂੰ, ਖਾਸ ਕਰਕੇ ਪਰਸਨਲੀ ਨਾ ਕਿਸੇ ਨੂੰ ਕਹਿਣਾ ਪਵੇ ਵੀ ਮੁੜ ਕੇ ਕਈ ਵਾਰੀ ਉੱਥੇ ਗੁੱਸਾ ਵੀ ਆ ਜਾਂਦਾ ਲੱਗਦਾ ਹਨਾ, ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਕਿ ਪਿਆਰ ਦੇ ਨਾਲ ਬੈਠੇ ਹੋ, ਧਿਆਨ ਜਿਹੜੀ ਸੁਰਤ ਆ ਉਹ ਗੁਰੂ ਵਾਲੇ ਪਾਸੇ ਲਾ ਕੇ ਰੱਖਿਓ, ਕਿਉਂਕਿ ਸੁਰਤ ਤੋਂ ਬਗੈਰ, ਧਿਆਨ ਤੋਂ ਬਗੈਰ ਦੁਨੀਆਂ ਦਾ ਕੋਈ ਕਾਰਜ ਨਹੀਂ ਹੋ ਸਕਦਾ। ਮੈਂ ਕਈ ਵਾਰੀ ਸਟੇਜ ਤੇ ਬੇਨਤੀ ਕਰਦਾ ਹੁੰਦਾ ਕਿ ਜੇ ਮਨੁੱਖ ਗੱਡੀ ਚਲਾ ਰਿਹਾ ਤੇ ਉਹ ਵੀ ਧਿਆਨ ਤੋਂ ਬਗੈਰ ਨਹੀਂ ਚਲਾਈ ਜਾ ਸਕਦੀ, ਉੱਥੇ ਵੀ ਉਹ ਵੀ ਧਿਆਨ ਮੰਗਦੀ ਹੈ, ਇੱਥੋਂ ਤੱਕ ਸਾਈਕਲ ਹੀ ਚਲਾ ਰਿਹਾ ਤੇ ਉਹ ਵੀ ਧਿਆਨ ਮੰਗਦਾ, ਨਹੀਂ ਤਾਂ ਉਹਦਾ ਬੈਲੈਂਸ ਵਿਗੜ ਜਾਵੇਗਾ। ਘਰ ਦੇ ਵਿੱਚ ਭੈਣਾਂ ਪ੍ਰਸ਼ਾਦਾ ਪਕਾ ਰਹੀਆਂ ਨੇ, ਰੋਟੀ ਪਕਾ ਰਹੀਆਂ ਨੇ, ਤੇ ਜੇ ਰੋਟੀ ਪਕਾਉਂਦਿਆਂ ਉਹਦੇ ਵਿੱਚ ਧਿਆਨ ਨਾ ਹੋਵੇ ਤੇ ਫੁਲਕਾ ਜਾਂ ਤੇ ਸੜ ਜਾਊਗਾ ਤੇ ਜਾਂ ਫਿਰ ਕੱਚਾ ਰਹਿ ਜਾਵੇਗਾ, ਸਬਜ਼ੀ ਬਣਾਉਂਦਿਆਂ ਲੂਣ ਜਾਂ ਤੇ ਵੱਧ ਪੈ ਜਾਊ ਜਾਂ ਫਿਰ ਘੱਟ ਪੈ ਜਾਵੇਗਾ। ਇਸ ਕਰਕੇ ਹਰ ਚੀਜ਼ ਧਿਆਨ ਮੰਗਦੀ ਹੈ, ਤੇ ਆਪਾਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਤੇ ਇੱਥੇ ਵੀ ਧਿਆਨ ਤੇ ਸੁਰਤ ਲੈ ਕੇ ਬੈਠਿਓ ਜੇ, ਤਾਂ ਜੋ ਆਪਾਂ ਵਿਚਾਰਾਂ ਦੀ ਆਰੰਭਤਾ ਪਿਆਰ ਦੇ ਨਾਲ ਕਰ ਸਕੀਏ। ਹੁਣੇ ਹੁਣੇ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ, ਜਿਸ ਪੰਗਤੀ ਤੋਂ ਭਾਈ ਸਾਹਿਬ ਜੀ ਉਹਨਾਂ ਨੇ ਸ਼ੁਰੂ ਕੀਤਾ ਸੀ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਏ ਹੋਏ। ਸੋ ਦਿਨ ਕਿਹੜਾ ਨੇੜੇ ਆਉਣ ਵਾਲਾ ਭਾਈ? ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਨੁੱਖ ਨੂੰ ਸਮਝਾ ਰਹੇ, ਵੇਖੋ ਕਥਾ ਵਿਚਾਰ ਤੇ ਬਹੁਤ ਜ਼ਰੂਰੀ ਹੈ, ਕੀਰਤਨ ਭਾਈ ਸਾਹਿਬ ਦੇ ਉਹਨਾਂ ਰਸ ਭਿੰਨਾ ਕੀਰਤਨ ਬੜੇ ਪਿਆਰ ਦੇ ਨਾਲ ਸ਼ਬਦ ਨੂੰ ਗਾਇਆ, ਆਪ ਜੀ ਨੇ ਸਰਵਣ ਕੀਤਾ, ਪਰ ਜਿਹੜਾ ਸ਼ਬਦ ਨੂੰ ਖੋਲਣਾ ਵਿਚਾਰ ਕਿ ਬਾਬੇ ਨਾਨਕ ਨੇ ਇਹ ਸ਼ਬਦ ਰਾਹੀਂ ਸਾਨੂੰ ਸੁਨੇਹਾ ਕੀ ਦਿੱਤਾ, ਸਾਨੂੰ ਮੈਸੇਜ ਕੀ ਦਿੱਤਾ। ਹਰ ਪੰਗਤੀ ਪੜ੍ਹਨ ਤੋਂ ਬਾਅਦ ਇਹ ਪੰਗਤੀ ਜ਼ਰੂਰ ਪੜ੍ਹੀ ਗਈ ਹੈ, ਨਾਨਕ ਨਾਮ ਸੰਭਾਲ ਤੂੰ
ਸੋ ਦਿਨ ਨੇੜਾ ਆਇਓ ਏ। ਭਾਈ ਉਹ ਦਿਨ ਕਿਹੜਾ ਨੇੜੇ ਆਉਣ ਵਾਲਾ, ਤੇ ਨਾਲ ਮੈਸੇਜ ਇਹ ਵੀ ਦਿੱਤਾ ਪਾਤਸ਼ਾਹ ਨੇ ਸੁਨੇਹਾ ਵੀ ਨਾਨਕ ਨਾਮ ਸੰਭਾਲ ਤੂੰ, ਦੁਨੀਆਂ ਦੀ ਹਰ ਚੀਜ਼ ਸੰਭਾਲ ਕੇ ਰੱਖਦਾ ਏ ਭਾਈ। ਸਾਡੇ ਕੋਲੇ ਕੋਈ 2-4 ਹਜ਼ਾਰ ਰੁਪਏ ਦੀ ਚੀਜ਼ ਹੋਵੇ ਤਾਂ ਉਹਨੂੰ ਬੰਦਾ ਸੰਭਾਲ ਸੰਭਾਲ ਕੇ ਰੱਖਦਾ, ਕੋਈ ਗਹਿਣਾ ਹੋਵੇ, ਮੋਬਾਇਲ ਮਹਿੰਗਾ ਲਿਆ ਹੋਵੇ ਬੰਦਾ ਉਹਨੂੰ ਵੀ ਸੰਭਾਲ ਕੇ ਰੱਖਦਾ, 10-20 ਹਜ਼ਾਰ ਦਾ ਮੋਬਾਇਲ ਖਰੀਦਿਆ ਹੋਵੇ ਤੇ ਸੰਭਾਲ ਕੇ ਰੱਖਦਾ, ਕਿਤੇ ਟੁੱਟ ਨਾ ਜਾਵੇ, ਕੋਈ ਚੋਰੀ ਨਾ ਹੋ ਜਾਵੇ, ਕੋਈ ਚੁੱਕ ਕੇ ਨਾ ਲੈ ਜਾਵੇ। ਪਰ ਪਾਤਸ਼ਾਹ ਕਹਿੰਦੇ ਤੇਰਾ ਤੇ ਉਹ ਨੇੜੇ ਦਿਨ ਵੀ ਨੇੜੇ ਆਉਣ ਵਾਲਾ ਭਾਈ, ਤੇ ਨਾਮ ਨੂੰ ਕਿਉਂ ਨੀ ਸੰਭਾਲਦਾ ਤੂੰ, ਨਾਨਕ ਨਾਮ ਸੰਭਾਲ ਤੂੰ। ਸੋ ਦਿਨ ਨੇੜਾ, ਮੌਤ ਦਾ ਦਿਨ ਨੇੜੇ ਆਉਣ ਵਾਲਾ ਹੈ ਭਾਈ, ਮੌਤ ਆਉਣ ਵਾਲੀ ਹੈ, ਮਰਨਾ ਸੱਚ ਹੈ, ਜਿਉਣਾ ਝੂਠ ਹੈ। ਆਪੋ ਸਤਨਾਮ ਗੱਜ ਕੇ ਬੋਲੋ ਭੈਣੋ, ਸਤਨਾਮ, ਮਰਨਾ ਸੱਚ ਜਿਉਣਾ, ਮਰਨ ਲਿਖਾਏ ਮੰਡਲ ਮੈਂ ਆਏ। ਜਦੋਂ ਤੇਰਾ ਜਨਮ ਹੋਇਆ ਸੰਸਾਰ ਦੇ ਵਿੱਚ, ਜਦੋਂ ਤੂੰ ਆਇਆ ਸੀ ਮੌਤ ਲਿਖਾ ਕੇ ਆਇਆ। ਪਾਤਸ਼ਾਹ ਜੀ ਬਾਣੀ ਅੰਦਰ ਬੜਾ ਪਿਆਰਾ ਫਰਮਾਨ ਕਰਦੇ ਨੇ, ਪਾਤਸ਼ਾਹ ਕਹਿੰਦੇ ਜੋ ਜਨਮੈ ਤੇ ਸਰ ਪਰ ਮਰਨਾ, ਜਿਹਦਾ ਜਨਮ ਹੋਇਆ ਉਹਦੀ ਮੌਤ ਅਟਲ ਹੈ, ਆਉਣੀ ਆਉਣੀ ਹੈ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਨਹੀਂ ਆਉਣੀ। ਇਹ ਕਰੀ ਗੱਜ ਕੇ ਬੋਲੋ ਹਾਂ ਸਤਨਾਮ, ਆਵਾਜ਼ ਨੀ ਆਈ ਭੈਣੋ, ਸਤਨਾਮ। ਮੇਰਾ ਕਹਿਣ ਦਾ ਭਾਵ ਕਿ ਜੇ ਆਪਾਂ ਬੈਠੇ ਹਨ ਤੇ ਕੁਝ ਪੱਲੇ ਪੈ ਜਾਵੇ ਆਪਣੇ, ਸੁਰਤ ਨੂੰ ਇਕਾਗਰ ਰੱਖਿਓ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨਾਨਕ ਨਾਮ ਸੰਭਾਲ ਤੂੰ, ਨਾਲ ਤੂੰ ਸ਼ਬਦ ਵਰਤਿਆ ਕਿ ਗੁਰਮੁਖ ਪਿਆਰਿਆ ਪਰਮੇਸ਼ਰ ਦੇ ਨਾਮ ਨੂੰ ਸੰਭਾਲ, ਮੌਤ ਆਉਣ ਵਾਲੀ ਆ। ਔਰ ਇੱਥੇ ਇਹ ਵੀ ਨਿਰਣਾ ਨੇ ਪਾਤਸ਼ਾਹ ਕਿ ਜ਼ਰੂਰੀ ਅਸੀਂ 100 ਸਾਲ ਦੇ ਹੋ ਕੇ ਮਰਨਾ, ਬਚਪਨਾ ਪਤਾ ਨਹੀਂ ਜਵਾਨੀ ਆਵੇ ਕਿ ਨਾ ਆਵੇ, ਜਵਾਨੀ ਹੈ